ਕੰਡੇ ਪਾ ਲਿਆ ਪਹਿਲ ਚ, ਠੀਕ ਹੈ। ਆ ਪਹਿਲ ਚ ਪਾਵਾਂਗੇ ਦਾਲ। ਇਹ ਕੀ ਕਰਦਾ ਸਮਝ ਲਿਆ? ਉਹ ਖੜ ਜਾ ਬੇਬੇ, ਕਰਦਾ ਜੀ। ਨਹੀਂ ਨਹੀਂ ਕੋਈ ਚੱਕਰ ਨਹੀਂ, ਮੋਟ ਮੋਟ ਦੀ ਲੋੜ ਨਹੀਂ। ਸਹੀ ਤੁਹਾਨੂੰ ਅੱਜ 200 ਚੂਰਮਾ ਚੂਰਮਾ ਬਣਾ ਕੇ ਦਿੰਦੇ ਆ। ਚੂਰੀ ਵੈਸੇ ਅੱਜ ਕੱਲ੍ਹ ਹੁਣ ਆਮ ਤਾਂ ਲੋਕਾਂ ਤੋਂ ਕੁੱਟੀ ਨਹੀਂ ਜਾਂਦੀ ਉਹ ਜੀ, ਜਿਹੜੀ ਪਹਿਲਾਂ ਬੜੀਆਂ ਕੁੱਟਦੀਆਂ ਸੀ। ਹਾਂ ਉਹ ਘੈਂਟ ਹੁੰਦੀ ਸੀ ਨਾ, ਉਹ ਜੀ ਨਹੀਂ ਇਹ ਬਣਦੀ। ਉਹ ਉਦੋਂ ਵੀ ਵਧੀਆ ਘੈਂਟ ਬਣੂਗੀ। ਉਹ ਗੱਲ ਨਹੀਂ ਬਣਦੀ ਜਿਹੜੀ ਹੱਥਾਂ ਨਾਲ। ਇਹਦੇ ਤਿੰਨ ਰੋਟੀਆਂ ਪਾ ਲਈਆਂ, ਮਿਕਸੀ ਰੱਖ ਲੈਣੀ ਆਪਾਂ। ਇਹ ਕਿਹੜੀਆਂ ਗਿਆ ਵੀ ਸਮਝ ਨਹੀਂ ਆਉਂਦੀ ਕੀ ਹੋਣੀ ਬਣੇ। ਮਿਕਸੀ ਰੱਖ ਲਈ। ਇਹਦੇ ਵਿੱਚ ਇੱਕ ਚਮਚਾ ਪਾਉਣਾ ਦੇਸੀ ਘਿਓ ਦਾ। ਵੈਸੇ ਆਪਣੇ ਕੋਲ ਗਰਮ ਹੈ ਨਹੀਂ, ਗਰਮ ਚਾਹੀਦਾ ਵੈਸੇ। ਪੱਚਾ ਲੂਗਾ, ਪੱਚਾ ਲੂਗਾ। ਇਹਦੇ ਵਿੱਚ ਹਰੀ ਮਿਰਚ ਵੀ ਪਾ ਲਈਏ ਥੋੜ੍ਹੀ ਜਿਹੀ, ਦੋ ਕੁ ਹਰੀਆਂ ਮਿਰਚੀਆਂ ਪਾ ਕੇ, ਮਿਰਚਾਂ ਪਾ ਕੇ ਇੱਕ ਵਾਰੀ ਆਪਾਂ ਫੇਰ ਨਹੀਂ ਇੱਕ ਚਮਚਾ ਹੋਰ ਘਿਓ ਦਾ ਬਣਾ। ਜਿਹੜੀ ਚੂਰੀ ਹੈ ਉਹ ਦੇਸੀ ਘਿਓ ਬਣਾ ਬਿਲਕੁਲ ਨਹੀਂ ਬਣ ਸਕਦਾ। ਹੁਣ ਕਈ ਦੋਸਤ ਕਹਿਣਗੇ ਵੀ ਇਹਦੇ ਇੰਨਾ ਘਿਓ ਘਿਓ ਤਾਂ ਬਾਈ ਖਾਣਾ ਹੀ ਪੈਣਾ, ਘਿਓ ਬਣਾ ਗੱਲ ਨਹੀਂ ਬਣਨੀ। ਅਤੇ ਦੇਸੀ ਘਿਓ ਇਹ ਡਾਕਟਰ ਐਵੇਂ ਕਹਿ ਜਾਂਦੇ ਆ ਵੀ ਪਵਾਨਾ ਹੋ ਗਿਆ, ਦੇਸੀ ਘਿਓ ਨਾਲ ਦੀ ਰੀਜ਼ ਨਹੀਂ ਗੀ, ਇਹ ਖਾਣਾ ਹੀ ਚਾਹੀਦਾ। ਇਹਨੂੰ ਇੱਦਾਂ ਹਿਲਾਉਂਦੇ ਜਾਣਾ, ਇਹ ਹੌਲੀ ਹੌਲੀ ਘਿਓ ਛੱਡੂਗੀ। ਆ ਦੇਖੋ ਹੁਣ ਇਹ ਘਿਓ ਛੱਡਣਾ ਸ਼ੁਰੂ ਕਰਤਾ। ਟੱਚ ਇਹਨੂੰ ਘਿਓ ਦਾ, ਦੇਸੀ ਘਿਓ ਦੇਣਾ। ਦੇਸੀ ਘਿਓ ਦੇ ਵਿੱਚ ਬਹੁਤ ਪੈਂਦਾ। ਵੈਸੇ ਬੀਪੀ ਦੇ ਮਰੀਜ਼ ਜਿਹੜੇ ਉਹ ਤਾਂ ਥੋੜ੍ਹਾ ਦੂਰ ਰਹਿਣ, ਪਰ ਵੈਸੇ ਡਾਕਟਰ ਕਹਿ ਦਿੰਦੇ ਆ ਪਰ ਦੇਸੀ ਘਿਓ ਖਾਣਾ ਹਰ ਇੱਕ ਲਈ ਜ਼ਰੂਰੀ ਹੈ। ਥੋੜ੍ਹਾ ਗਾਰਨਿਸ਼ ਦੇ ਦਾਂਗੇ। ਚੂਰੀ ਹੈ ਇਹ ਬਣ ਕੇ ਤਿਆਰ ਹੈ। ਮੈਨੂੰ ਲੱਗਦਾ ਹੈ ਸਭ ਨੂੰ ਦੇਖ ਕੇ ਇਹਦੇ ਇਹ ਚੂਰੀ ਦੇਖ ਕੇ ਮੂੰਹ 'ਚ ਪਾਣੀ ਆ ਜਾਊਗਾ। ਦੇਖੋ ਕਿੰਨੀ ਘੈਂਟ ਬਣੀ ਹੈ, ਬਿਲਕੁਲ ਚਿਪਕਦੀ ਨਹੀਂ। ਇੱਦਾਂ ਕਰਕੇ ਬੇਸ਼ੱਕ ਇਹਦੀਆਂ ਬੁਰਕੀਆਂ ਬਣਾ ਕੇ ਰੱਖ ਲਓ। ਲਓ ਦੋਸਤੋ ਚੂਰੀ ਬਣ ਕੇ ਤਿਆਰ ਹੈ। ਇੱਦਾਂ ਦੀ ਚੂਰੀ ਹੀ ਖਾ ਸਕਦੇ ਹਾਂ ਅੱਜ ਕੱਲ੍ਹ, ਕਿਉਂਕਿ ਹੁਣ ਜਿਹੜਾ ਅੱਜ ਕੱਲ੍ਹ ਦਾ ਲੇਡੀਜ਼ ਹੈ ਇਹ ਚੂਰੀ ਤਾਂ ਨਹੀਂ ਕੁੱਟ ਸਕਦੀਆਂ ਹੱਥਾਂ ਵਾਲੀ ਤਾਂ। ਵੈਸੇ ਹੱਥਾਂ ਵਾਲੀ ਵਧੀਆ ਹੁੰਦੀ ਸੀ, ਪਰ ਮੈਨੂੰ ਲੱਗਦਾ ਵੀ ਹੱਥਾਂ ਵਾਲੀ ਤਾਂ ਚੂਰੀ ਤੋਂ ਵੀ ਘੈਂਟ ਬਣੀ ਹੈ। ਮੈਂ ਅਕਸਰ ਇਹ ਚੂਰੀ ਖਾਂਦਾ ਅਤੇ ਬਹੁਤ ਸਿਰਾ ਬਣਦੀ ਹੈ ਅਤੇ ਇਹਦਾ ਟੇਸਟ ਬਾ ਕਮਾਲ ਹੁੰਦਾ। ਕਿਆ ਬਾਤ, ਐਕਸੀਲੈਂਟ। ਇਹ ਚੂਰੀ ਬਣਾ ਕੇ ਦੇਖੋ ਅਤੇ ਮੈਨੂੰ ਇਹਦੇ ਕਮੈਂਟਾਂ ਦੇ ਵਿੱਚ ਦੱਸੋ ਤੁਸੀਂ ਵੀ ਤੁਹਾਨੂੰ ਕਿਵੇਂ ਲੱਗੀ। ਇਹਦੇ 'ਚ ਘਿਓ ਜ਼ਰੂਰ ਵੱਧ ਪੈਂਦਾ ਪਰ ਬਣਦੀ ਬਹੁਤ ਬਾ ਕਮਾਲ ਹੈ। ਅਤੇ ਜਿਹਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਓ, ਲਾਈਕ ਕਰੋ,
ਤੇ ਬੈਲ ਆਈਕਨ ਦਬਾਓ। ਥੈਂਕ ਯੂ।